ਨਿਯਮਤ ਰੱਖਿਆ ਗਿਆ ਤੁਸੀਂ ਇਸ ਜਿਹੜਾ ਕੋਰੀਡੋਰ ਖੁੱਲੇ ਜਾ ਰਿਹਾ ਇਹਨਾਂ ਤੁਸੀਂ ਕੀ ਫਾਇਦਾ ਹੋਵੇਗਾ ਪਰ ਦੇਖੋ ਮੈਂ ਸਮਝਦਾ ਬੜੀ ਸਤਿਗੁਰੂ ਨਾਨਕ ਸਾਹਿਬ ਜੀ ਇਹ ਕਿਰਪਾ ਹੋਈ ਹੈ ਜਿਹੜੀਆਂ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਸੀਆਂ ਬਹੁਤ ਲੰਮੇ ਸਮੇਂ ਤੋਂ ਅਸੀਂ ਅਰਦਾਸਾਂ ਵੀ ਕਰਦੇ ਸੀ ਹਰ ਨਾਨਕ ਨਾਮ ਲੇਵਾ ਚਾਹੁੰਦਾ ਵੀ ਸੀ ਕਿ ਅਸੀਂ ਖੁੱਲੇ ਦਰਸ਼ਨ ਦਾਰੇ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ 18 ਸਾਲ ਤੋਂ ਵੱਧ ਸਮਾਂ ਆਪਣਾ ਜ਼ਿੰਦਗੀ ਦਾ ਆਖੀਰੀ ਵਿੱਚ ਉਹ ਬਿਤਾਇਆ ਸੀ ਹੱਥੀਂ ਕਿਰਤ ਕਰਕੇ ਲੋਕਾਂ ਨੂੰ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ ਸੋ ਸਾਰੇ ਚਾਹੁੰਦੇ ਸੀ ਖੁੱਲੇ ਦਰਸ਼ਨ ਦਾਰੇ ਕਰਨੇ ਮੈਂ ਸਮਝਦਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਮਹਾਨ ਕਿਰਪਾ ਕੀਤੀ ਹੈ ਔਰ ਦੋਨਾਂ ਸਰਕਾਰਾਂ 'ਤੇ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਇਹ ਫੈਸਲਾ ਕੀਤਾ ਕਿ ਉੱਥੇ ਲਾਂਘਾ ਬਣਾਇਆ ਜਾਵੇਗਾ ਔਰ ਉਹਨਾਂ ਨੇ 26 ਤਰੀਕ ਨੂੰ ਨੀਂਹ ਪੱਥਰ ਰੱਖਿਆ ਇਸ ਤਰ੍ਹਾਂ ਪਾਕਿਸਤਾਨ ਸਰਕਾਰ ਨੇ ਫੈਸਲਾ ਕਰ ਲਿਆ ਕਿ ਲਾਂਘਾ ਬਣਾਇਆ ਜਾਵੇਗਾ ਉਹਨਾਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਉੱਥੇ ਨੀਂਹ ਪੱਥਰ ਰੱਖਿਆ ਮੈਂ ਵੀ ਆਪਣੇ ਆਪ ਨੂੰ ਬਹੁਤ ਭਾਗਾ ਸ਼ਾਲਾ ਸਮਝਦਾ ਕਿ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਕਿ ਉਹ ਬਹੁਮਾਨ ਧਰਤੀ ਹੈ ਉਸ ਧਰਤੀ ਦੀ ਮਿੱਟੀ ਨੂੰ ਆਪਣੇ ਮਸਤਕ ਲਾਉਣ ਦਾ ਉੱਥੇ ਨਮਸਕਾਰ ਕਰਨ ਦਾ ਮੌਕਾ ਮਿਲਿਆ ਸੋ ਮੈਂ ਸਮਝਦਾ ਕਿ ਗੁਰੂ ਦੀ ਬੜੀ ਕਿਰਪਾ ਹੋਈ ਹੈ ਸੋ ਇਹ ਲਾਂਘੇ ਦੇ ਨਾਲ ਜਿੱਥੇ ਅਸੀਂ ਗੁਰੂ ਦੇ ਉਸ ਅਸਥਾਨ ਦੇ ਦਰਸ਼ਨ ਕਰਾਂਗੇ ਮੈਂ ਸਮਝਦਾ ਇਹਦੇ ਨਾਲ ਗੁਰੂ ਕਿਰਪਾ ਕਰਨ ਸਾਡੇ ਦੋਨਾਂ ਦੇਸ਼ਾਂ ਦੇ ਜਿਹੜੇ ਸੰਬੰਧ ਨੇ ਉਹ ਵੀ ਸਖਾਵੇਂ ਬਣਨ ਅਮਨ ਸ਼ਾਂਤੀ ਆਵੇ ਦੋਵੇਂ ਦੇਸ਼ਾਂ ਦੇ ਵਿੱਚ ਖੁਸ਼ਹਾਲੀ ਆਵੇ ਜਿਹੜੇ ਸਿੱਧੂ ਜਿਹੜੇ ਵੱਡੇ ਪੱਧਰ ਤੇ ਸਿਆਸਤ ਕੀਤੀ ਜਾ ਰਹੀ ਹੈ ਲੰਘਣ ਲੈ ਕੇ ਜੀ ਉਸ ਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਜਾਣਦੇ ਦਿੱਲੀ ਹੋ ਰਹੀ ਹੈਗੀ ਕਿਉਂਕਿ ਮੈਂ ਸਮਝਦਾ ਕਿ ਇੱਕ ਧਾਰਮਿਕ ਇਹ ਮੁੱਦਾ ਹੈਗਾ ਸਾਨੂੰ ਧਾਰਮਿਕ ਤੌਰ ਤੇ ਸਾਰਿਆਂ ਨੂੰ ਇਹਦੇ ਵਿੱਚ ਜਿਹੜਾ ਹਿੱਸਾ ਪਾਉਣਾ ਚਾਹੀਦਾ ਜਿੰਨਾ ਵੀ ਕੋਈ ਯਤਨ ਹੋਣਾ ਚਾਹੀਦਾ ਸਾਰੇ ਧਾਰਮਿਕ ਤੌਰ ਤੇ ਤਾਂ ਕਿ ਇਹ ਜਿਹੜੀ ਲਾਂਘੇ ਦਾ ਸ਼ੁਰੂਆਤ ਹੋਈ ਹੈ ਇਹ ਜਲਦ ਤੋਂ ਜਲਦੀ ਸਿਰੇ ਚੜ ਸਕੇ ਜੋ ਸਿਆਸਤ ਹੋ ਰਹੀ ਹੈ ਉਹਦਾ ਤੁਸੀਂ ਕੀ ਕਹਿੰਦੇ ਉਹ ਸਿਆਸੀ ਲੋਕਾਂ ਨੇ ਸਿਆਸਤ ਕਰਨੀ ਹੁੰਦੀ ਹੈ ਅਸੀਂ ਧਰਮੀ ਲੋਕ ਹਾਂ ਅਸੀਂ ਧਰਮ ਦੀ ਗੱਲ ਕਰਨੀ ਹੁੰਦੀ ਹੈ ਸੋ ਸਾਡਾ ਤਾਂ ਇੰਨਾ ਫਰਕ ਹੈ ਇਹ ਵੀ ਪੇਪਰਾਂ ਦੇ ਵਿੱਚ ਆਇਆ ਸੀਗਾ ਕਿ ਉੱਧਰ ਸ਼੍ਰੋਮਣੀ ਕਮੇਟੀ ਨੂੰ ਪੂਰਾ ਬੰਦ ਦਾ ਮਾਨ ਸਨਮਾਨ ਨਹੀਂ ਮਿਲਿਆ ਨਹੀਂ ਐਸੀ ਕੋਈ ਗੱਲ ਨਹੀਂ ਦੇਖੋ ਸਾਨੂੰ ਉਹਨਾਂ ਨੇ ਦਿੱਤਾ ਸੀ ਸੱਦਾ ਪੱਤਰ ਉੱਥੇ ਸਾਡੇ ਰਹਿਣ ਦਾ ਪ੍ਰਬੰਧ ਜਾਣ ਆਉਣ ਦਾ ਪੂਰਾ ਵਧੀਆ ਪ੍ਰਬੰਧ ਪੂਰੀ ਸਿਕਿਉਰਿਟੀ ਹਰ ਤਰ੍ਹਾਂ ਦਾ ਉਹਨਾਂ ਨੇ ਸਾਨੂੰ ਦਿੱਤਾ ਇਹ ਠੀਕ ਹੈ ਕਿ ਬੋਲਣ ਦਾ ਇਹ ਸੀ ਕੋਈ 2 ਘੰਟੇ ਲੇਟ ਹੋਣ ਕਰਕੇ ਉਹਨਾਂ ਨੇ ਸਾਥੋਂ ਖਿਮਾ ਮੰਗ ਲਈ ਵੀ ਥੋੜ੍ਹਾ ਲੇਟ ਹੋ ਗਏ ਇਸ ਕਰਕੇ ਉਹਨਾਂ ਨੇ ਜਿਹੜਾ ਸਟੇਜ 'ਤੇ ਨਹੀਂ ਬੋਲਣ ਦਾ ਮੌਕਾ ਮਿਲਿਆ ਮੈਨੂੰ ਇੱਕ ਅੱਜ ਜਿਹੜੇ ਪਰੰਪਰਾ ਨੇ ਉਹਨਾਂ ਨੇ ਕਿਹਾ ਵੀ ਜਿਹੜਾ SGPC ਦਾ ਜਿਹੜਾ ਹੈਗਾ ਸਿਆਸੀਕਰਨ ਕੀਤਾ ਜਾ ਰਿਹਾ ਅਕਾਲੀ ਦਲ ਪਾਰਟੀ ਵੀ ਅਲੱਗ ਬਣਾਉਣ ਦਾ ਉਹਨਾਂ ਨੇ ਐਲਾਨ ਕੀਤਾ 14 ਦਸੰਬਰ ਨੂੰ ਬਿਲਕੁਲ ਸਿਆਸੀਕਰਨ ਇਹ ਬ੍ਰਹਮਪੁਰਾ ਨੂੰ ਅੱਜ ਉਹਨਾਂ ਨੂੰ ਇਹ ਆ ਗਿਆ ਵੀ ਸਿਆਸੀਕਰਨ ਅੱਜ ਤੋਂ 20-30 ਸਾਲ ਪਹਿਲਾਂ ਨਹੀਂ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਸਿਆਸੀਕਰਨ ਹੈਗਾ ਕਿਉਂਕਿ ਉਹ ਤਾਂ MP ਵੀ ਰਹੇ ਮੰਤਰੀ ਵੀ ਰਹੇ ਲੇਕਿਨ ਅੱਜ ਉਹ ਕਹਿ ਰਹੇ ਵੀ ਸਿਆਸੀਕਰਨ ਹੋ ਰਿਹਾ ਕਿਤੇ ਕੋਈ ਸਿਆਸੀਕਰਨ ਨਹੀਂ ਤੁਸੀਂ ਆਪ ਇੱਥੇ ਦੇਖਿਆ ਸੀ ਕੋਈ ਸਿਆਸਤ ਦੀ ਗੱਲ ਕੀਤੀ ਹੈ ਜਿੰਨੇ ਵੀ ਸਾਡੇ ਧਾਰਮਿਕ ਪ੍ਰੋਗਰਾਮ ਘੱਟੋ ਘੱਟ ਮੈਂ 3 ਥਾਵਾਂ ਜਾ ਕੇ ਆਇਆ ਟੌੜਾ ਸਾਹਿਬ ਦੇ ਸਾਡੇ ਮੈਂਬਰ ਨੇ ਉਸ ਨਾਭੇ ਉਹਨਾਂ ਨੇ ਕੀਤਾ ਅੱਜ ਇੱਥੇ ਹੋਇਆ ਅਤੇ ਇਸ ਤਰ੍ਹਾਂ ਕੋਈ ਅਸੀਂ ਸਿਆਸਤ ਦੀ ਗੱਲ ਨਹੀਂ ਕਰਦੇ ਜਿੱਥੇ ਕੋਈ ਧਾਰਮਿਕ ਗੱਲ ਹੈ ਧਰਮ ਦੀ ਗੱਲ ਹੀ ਕਰਦੇ ਹਾਂ ਅਸੀਂ ਗੁਰੂ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ ਅੰਮ੍ਰਿਤ ਛਕਾਉਣ ਦੀ ਗੱਲ ਕਰਦੇ ਹਾਂ ਪੂਰੀ ਧਾਰਮਿਕ ਤੌਰ 'ਤੇ ਸਾਰੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਧਾਰਮਿਕ ਤੌਰ 'ਤੇ ਗੱਲ ਕਰੀ ਹੈ ਤੁਸੀਂ ਉੱਥੇ ਪਾਕਿਸਤਾਨ ਜਾ ਕੇ ਉੱਥੇ ਗੁਰਦੁਆਰਿਆਂ ਦੀ ਹਾਲਾਤ ਹੈ ਜਿਹੜੇ ਬੜੇ ਦੱਸਿਆ ਵੀ ਕਬਜ਼ੇ ਕੀਤੇ ਹੋਏ ਨੇ ਬਿਲਕੁਲ ਬਿਲਕੁਲ ਅਸੀਂ ਦੇਖੋ ਉੱਥੇ 2 ਥਾਵਾਂ ਤਾਂ ਮੈਨੂੰ ਵੀ ਪਤਾ ਲੱਗਿਆ ਲਾਹੌਰ ਦੇ ਵਿੱਚ ਸੀ ਜਿਹੜੇ ਜਿਵੇਂ ਭਾਈ ਤਾਰੂ ਸਿੰਘ ਜਿਨ੍ਹਾਂ ਦੀ ਖੋਪੜੀ ਲਾਈ ਗਈ ਉਹਨਾਂ ਦਾ ਸਥਾਨ ਸੀ ਉੱਥੇ ਵੀ ਥੋੜ੍ਹਾ ਸਥਾਨ ਬਣਿਆ ਹੋਇਆ ਲੇਕਿਨ ਉੱਥੇ ਸਥਾਨਕ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਇਸ ਤਰ੍ਹਾਂ ਭਾਈ ਮਨੀ ਸਿੰਘ ਜਿਹਨੇ ਬੰਦ ਕੱਟੇ ਗਏ ਸੀ ਉੱਥੇ ਉਹਨਾਂ ਦਾ ਵੀ ਅਸੀਂ ਮੈਂ ਆਪ ਜਾ ਕੇ ਦੇਖਿਆ ਥੋੜ੍ਹਾ ਸਥਾਨ ਬਣਿਆ ਉਹਦੇ ਅੱਗੇ ਸਾਰੀਆਂ ਦੁਕਾਨਾਂ ਬਣਾ ਕੇ ਕਬਜ਼ਾ ਕੀਤਾ ਹੋਇਆ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉੱਥੋਂ ਦੀ ਜਿਹੜੀ ਸਾਡੀ ਪ੍ਰਬੰਧ ਕਮੇਟੀ ਹੈ ਉਹਨਾਂ ਨਾਲ ਮਿਲ ਕੇ ਉੱਥੇ ਸਰਕਾਰ ਨਾਲ ਮਿਲ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੇ ਸਥਾਨ ਨੇ ਉਹਨਾਂ ਦੀ ਵਧੀਆ ਮਰਿਆਦਾ ਅਨੁਸਾਰ ਉਹਨਾਂ ਦੀ ਸਾਰੀ ਸੇਵਾ ਸੰਭਾਲ ਕੀਤੀ ਜਾ ਸਕੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਫੋਟੋ ਆਈ ਹੈ ਤੁਹਾਡੀ ਵੀ ਫੋਟੋ ਆਈ ਚਾਵਲਾ ਸਾਹਿਬ ਨਾਲ ਹੁਣ ਖਾਲਿਸਤਾਨ ਦਾ ਵੀ ਕਹਿ ਰਿਹਾ ਵੀ ਆਤੰਕਵਾਦ ਭਾਰਤ ਦੇ ਕੀ ਅਸਰ ਪਏਗਾ ਕੁਛ ਹੈਗਾ ਦੇਖੋ ਕੋਈ ਅਸੀਂ ਫੋਟੋਆਂ ਜਿਹੜੀਆਂ ਵਾਇਰਲ ਕੀਤੀਆਂ ਨੇ ਹੁਣ ਇੱਥੇ ਹਜ਼ਾਰਾਂ ਬੰਦੇ ਆਏ ਨੇ ਕੋਈ ਮੇਰੇ ਨਾਲ ਖੜ ਕੇ ਫੋਟੋ ਲਾ ਜੇ ਹੋਰ ਕਾਜੇ ਮੈਂ ਕਿਸੇ ਨੂੰ ਜਾਣਦਾ ਨਹੀਂ ਹੁੰਦਾ ਸੋ ਇਹ ਤਾਂ ਐਵੇਂ ਗੱਲਾਂ ਸਿਆਸੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਕੋਈ ਸਹੀ ਗੱਲ ਨਹੀਂ ਹੈ ਹਾਂਜੀ ਇਹ ਸੀਗਾ ਪਿਛਲੇ ਸਾਲ ਤੁਸੀਂ ਨੇ ਮਤਲਬ ਇੱਕ ਗੁਰਦੁਆਰਾ ਇੱਕ ਪਿੰਡ ਉਹਦੀ ਮੈਂ ਚਲਾਈ ਸੀ ਆਪਣਾ ਇਹ ਜੱਦੀ ਜ਼ਿਲ੍ਹਾ ਹੈਗਾ ਤੁਹਾਡਾ ਇੱਥੇ ਕੋਈ ਦਾ ਖਾਸ ਹੰਗਾਰਾ ਨਹੀਂ ਦੇਖਣ ਨੂੰ ਮਿਲਿਆ ਉਹਦੇ ਵਿੱਚ ਕੀ ਕਰ ਰਹੇ ਹੋ ਦੇਖੋ ਸ਼ੁਰੂ ਦੇ ਵਿੱਚ ਵਧੀਆ ਬਹੁਤ ਵਧੀਆ ਹੰਗਾਰਾ ਮਿਲਿਆ ਸੀ ਕਾਫੀ ਪਿੰਡਾਂ 'ਚ ਮੈਂ ਵੀ ਗਿਆ ਕਾਫੀ ਬੰਦੇ ਇਹਦੇ ਗੱਲ ਦੇ ਹੰਗਾਰਾ ਮਿਲਣ ਤੋਂ ਉਪਰੰਤ ਇਹ ਗੱਲ ਹੈ ਕਿ ਸੋਚ ਜੇ ਲੋਕਾਂ ਦੀ ਬਦਲ ਗਈ ਇਹਦੇ ਨਾਲ ਸੋਚਣ ਲੱਗ ਪਏ ਲੋਕ ਵੀ ਅਸੀਂ ਇਹ ਤਾਂ ਜਿਹੜੀਆਂ ਜਾਤਾਂ ਦੇ ਨਾਂ 'ਤੇ ਨਾਂ ਬਣਾਈਏ ਵੀ ਇੱਕੋ ਹੀ ਗੁਰਦੁਆਰਾ ਆਉਣਾ ਚਾਹੀਦਾ ਆਹ ਫਲਾਣੇ ਜਾਤ ਦਾ ਗੁਰਦੁਆਰਾ ਜੀ ਆਹ ਫਲਾਣੀ ਜਾਤ ਦਾ ਉਹ ਤਾਂ ਇੱਥੇ ਜ਼ਰੂਰ ਠੱਲ ਪਈ ਹੈ ਇਸ ਗੱਲ ਦੀ ਸਾਨੂੰ ਖੁਸ਼ੀ ਵੀ ਮਹਿਸੂਸ ਕਰਦੇ ਹਾਂ ਕਿ ਲੋਕਾਂ ਵੀ ਇਸ ਪਾਸੇ ਉਹਨਾਂ ਧਿਆਨ ਗਿਆ ਵੀ ਆਪਾਂ ਨੂੰ ਕੋਈ ਜਾਤ ਬਰਾਦਰੀ ਦੇ ਨਾਂ 'ਤੇ ਗੁਰਦੁਆਰੇ ਨਹੀਂ ਬਣਾਉਣੇ ਚਾਹੀਦੇ